अस्सलाम वालेकुम। हांजी महाराज साहब ठीक हो? शुक्र अल्लाह ताला अल्हम्दुलिल्लाह। और सब खैर खैरियत है? बड़ा आपदा फजल है। आज की प्रोग्राम है ਤੁਹਾਡਾ? ਸਾਡਾ ਪ੍ਰੋਗਰਾਮ ਵੇਖੋ ਵੀ ਜੋ ਜਿਹੜੇ ਮੋਠੂ ਰਾਮ ਦੀ ਗੱਲ ਸੁਣਾਓ ਕੋਈ। ਮੋਠੂ ਰਾਮ ਦੀ ਗੱਲ ਅੱਗੇ ਤੁਹਾਨੂੰ ਸੁਣਾਈ ਸੀ ਦੋਸਤਾਂ ਨੂੰ ਤੇ ਹੁਣ ਮੈਂ ਤੁਹਾਨੂੰ ਗੱਲ ਸੁਣਾਣਾ। ਉਸੇ ਤਰ੍ਹਾਂ ਦੀ ਗੱਲ ਹੋ ਰਹੀ। ਅੱਛਾ ਜੀ। ਬਈ ਉਹ ਉਸਤਾਦ ਸ਼ਗਿਰਦ ਦੇ ਅੱਗੇ ਸਾਡਾ ਦੋਵੇਂ ਤੇ ਸ਼ਗਿਰਦ ਜਿਹੜਾ ਸੀ ਨਾ ਉਹਨੇ ਆਖਿਆ ਉਸਤਾਦ ਜੀ ਆਪਾਂ ਇੱਥੇ ਬੈਠਿਆ ਸਾਰੀ ਉਮਰ ਗੁਜ਼ਰ ਗਈ ਹੈ। ਹਾਂ ਚਲੋ ਕਿਸੇ ਹੋਰ ਆਪਾਂ ਸ਼ਹਿਰ ਨਹੀਂ ਪਾਖਿਆ ਲਈਏ, ਕਿਸੇ ਸ਼ਹਿਰ ਚਲੀਏ, ਪਤਾ ਕਰੀਏ। ਉਹਨਾਂ ਕਹਿੰਦਾ ਵੀ ਚਲੋ ਠੀਕ ਹੈ ਬਸ ਚੱਲ ਰਿਹਾ ਸ਼ਹਿਰ ਚ ਬਈ। ਉਹ ਦੋਵੇਂ ਟੁਰ ਪਏ ਤੇ ਇੱਕ ਸ਼ਹਿਰ ਨੂੰ ਜਾ ਵੜੇ। ਅੱਛਾ। ਜਲ ਜਾ ਵੜੇ ਤੇ ਉਸਤਾਦ ਨੇ ਸ਼ਗਿਰਦ ਨੂੰ ਆਖਿਆ ਵੀ ਜਾ ਯਾਰ ਤੂੰ ਨਾ ਆਪਣੇ ਸ਼ਹਿਰ ਦੀ ਇਸ ਦੀ ਪਾਖਿਆ ਲੈ ਗਿਆ ਵੀ ਸ਼ਹਿਰ ਦੇ ਵਿੱਚ ਕੀ ਹਾਲਾਤ ਹੈ, ਕੀ ਕਰ ਰਹੇ ਨੇ ਲੋਕ। ਕੀ ਕਰਦੇ? ਉਹਨੇ ਆਖਿਆ ਗੱਲ ਇਹ ਚੀਜ਼ ਦੀ ਮੈਂ ਜਾਣਾ ਤੇ ਲੇਕਿਨ ਗੱਲ ਇਹ ਵੀ ਮੈਂ ਲੰਗਰ ਪਾਣੀ ਦਾ ਵਿਆਸ ਰਾਹ ਕੀਤੀ ਲਿਆ ਵੀ। ਚਲੋ ਠੀਕ ਹੈ। ਲੋ ਜੀ ਹੁਣ ਤੁਰ ਪਿਆ। ਇਹ ਅਗਲੇ ਵਕਤਾਂ ਦੀਆਂ ਗੱਲਾਂ ਨੇ ਨਾ ਜਿਹੜੀਆਂ ਅੱਗੇ ਇਹ ਹੁਣ ਤਾਂ ਹਕੂਮਤਾਂ ਨੇ ਨਾ ਮਤਲਬ ਵੱਡੇ ਵੱਡੇ ਮੁਲਕ ਨੇ। ਮਤਲਬ ਪਾਕਿਸਤਾਨ ਜਿਹੜਾ ਹੈ 4 ਸੂਬੇ ਹੋਏ ਤੇ ਹਿੰਦੁਸਤਾਨ 38 ਸੂਬੇ ਨੇ। ਕਿੰਨੇ ਨੇ ਤੇ ਇਸ ਤਰ੍ਹਾਂ ਵੱਡੇ ਵੱਡੇ ਮੁਲਕ ਨੇ ਤੇ ਉਹ ਉਹਨਾਂ ਜ਼ਮਾਨਿਆਂ ਦੇ ਵਿੱਚ ਆਪੋ ਆਪਦੇ ਸ਼ਹਿਰਾਂ ਦੇ ਬਾਦਸ਼ਾਹ ਹੀ ਆਉਂਦੀਆਂ ਸਨ। ਸ਼ਹਿਰ ਹੁੰਦੇ ਸਨ ਵੱਡੇ ਵੱਡੇ ਦੂਰ ਦੂਰ ਤੇ ਪੰਨਾ ਤੇ ਮਤਲਬ ਕਿ ਇੰਨਾ ਆਬਾਦੀ ਨਹੀਂ ਹੈਗੀ ਸੀ ਕਿਤੇ ਕਿਤੇ ਸ਼ਹਿਰ ਆਉਂਦਾ ਸੀ। ਅੱਛਾ। ਹੁਣ ਕਿਤੇ ਸ਼ਹਿਰ ਨੂੰ ਜਾ ਵੜੇ ਨਾ ਜਲੇ ਉਹਨਾਂ ਨੂੰ ਜਾ ਯਾਰ ਸ਼ਹਿਰ ਦੀ ਪਾਖਾ ਲਓ। ਹੁਣ ਉਹ ਸ਼ਗਿਰਦ ਗਿਆ ਜਲਾ ਸ਼ਹਿਰ ਦੇ ਵਿੱਚ ਪਾਖਾ ਲੈਣ ਵਾਸਤੇ ਵੀ ਸ਼ਹਿਰ ਦਾ ਕੀ ਹਾਲ ਹੈ, ਵਿਹਲਾ ਕੀ ਹੈ। ਬਈ ਬਾਦਸ਼ਾਹ ਜਿਹੜਾ ਨਾ ਉਹ ਚਾਬੀਆਂ ਫੜਾਉਂਦਾ ਵਜ਼ੀਰ ਨੂੰ ਤਹਾਦੀਆਂ ਤੇ ਜਿਹੜਾ ਵਜ਼ੀਰ ਹੈ ਉਹ ਚਾਬੀਆਂ ਫੜਾਉਂਦਾ ਬਾਦਸ਼ਾਹ ਨੂੰ ਤਹਾਦੀਆਂ। ਅੱਛਾ। ਹੁਣ ਜਲੇ ਇਸ ਸਿਲਸਿਲਾ ਵੇਖਿਆ ਨਾ ਤੇ ਆਪਦਾ ਥੋੜਾ ਬਹੁਤਾ ਲੂਣ ਪਾਣੀ ਜਿਹੜਾ ਲੈਣਾ ਸੀ ਲਿਆ। ਅੱਛਾ। ਤੇ ਲੈ ਕੇ ਜਨਾਬ ਬੱਲੇ ਤੇ ਵਾਪਸ ਆ ਗਿਆ। ਵਾਪਸ ਆ ਗਿਆ ਡੇਰੇ ਤੇ। ਜਿਹੜੇ ਵਾਪਸ ਆ ਨਾ ਡੇਰੇ ਤੇ ਤੁਹਾਨੂੰ ਹਾਂ ਬਈ ਸੁਣਾ ਜਾਣਾ ਕੀ ਹਾਲ ਸ਼ਹਿਰ ਦਾ, ਕੀ ਵੇਖ ਕੇ ਆਇਆ, ਕੀ ਵੇਖ ਕੇ ਆਇਆ। ਉਹ ਜਾ ਕੇ ਉਸਤਾਦ ਜੀ ਵੇਖਣਾ ਕੀ ਹੈ ਬਈ ਗੱਲ ਇਹ ਚੀਜ਼ ਦੀ ਵੀ ਆ ਮੈਂ ਤਮਾਸ਼ਾ ਕਰ ਵੇਖਿਆ ਵੀ ਵਜ਼ੀਰ ਹੈ ਜਿਹੜਾ ਉਹ ਚਾਬੀਆਂ ਫੜਾਉਂਦਾ ਹੈ ਬਾਦਸ਼ਾਹ ਨੂੰ ਗੱਲੇ ਦੀਆਂ ਖਾਣ ਦੀਆਂ ਤਖਰ ਦੀਆਂ ਵੀ ਬਾਦਸ਼ਾਹ ਕਰ ਤੇ ਵਜ਼ੀਰ ਆਉਂਦਾ ਨੀ ਤੂੰ ਵੀ ਬਾਦਸ਼ਾਹ ਤੂੰ ਵੀ ਬਾਦਸ਼ਾਹ ਤੇਰੀ ਗੱਲ ਕੀ ਹੈ ਕੋਈ ਹੈ ਕੋਈ ਜਾਣ ਦੀ ਗੱਲ। ਉਹਨੇ ਕਿਹਾ ਯਾਰ ਬਹਿ ਜਾ ਤੈਨੂੰ ਮੈਂ ਗੱਲ ਦੱਸਣਾ ਵੀ ਗੱਲ ਹੁਣ ਉਸਤਾਦ ਨੇ ਗੱਲ ਸ਼ੁਰੂ ਕਰ ਦਿੱਤੀ। ਅੱਛਾ। ਸ਼ਗਿਰਦ ਸੁਣਦਾ ਹੈ ਉਹਨੇ ਆਖਿਆ ਵੀ ਗੱਲ ਇਹ ਵੀ ਜਿਹੜਾ ਇਹ ਸ਼ਹਿਰ ਦਾ ਸੀ ਨਾ ਬਾਦਸ਼ਾਹ ਉਹਦੇ ਤੇ ਹੁਣੀ ਵਰਤ ਹੋ ਗਈ। ਅੱਛਾ। ਇਹ ਅਗਲੇ ਵਕਤਾਂ ਵਿੱਚ ਬਾਦਸ਼ਾਹਾਂ ਦੇ ਹੋਣੀਆਂ ਵਰਤ ਹੁੰਦੀਆਂ ਸਨ ਮਤਲਬ ਮੈਂ ਕਹਿੰਦਾ ਹੋਣੀ ਵਰਤ ਹੁੰਦੀ ਹੈ ਨਾ ਬਾਦਸ਼ਾਹਾਂ ਦੇ ਹੁੰਦੀਆਂ ਜਿਵੇਂ ਨਵਾਜ ਸ਼ਰੀਫ ਤੇ ਹੋਣੀ ਵਰਤ ਹੋਈ ਹੈ ਕਾਰਨ ਨਾਲ ਹੈਂ ਤੂੰ ਬਾਦਸ਼ਾਹ ਵੀ ਖੁਸ਼ ਗਈ ਤਕਦੀਰ ਵਰਦ ਹੋਣਾ ਹੈ ਤੇ ਮੈਨੂੰ ਸਿਰ ਚਾਹੀਦਾ ਤੇ ਸਿਰ ਚਾਹੀਦਾ ਮਾਪਿਆਂ ਦਾ ਇੱਕੋ ਇੱਕ ਪੁੱਤਰ ਹੋਵੇ ਤੇ ਹੁੰਦਾ। ਵਾਹ ਜੀ ਵਾਹ। ਹੁਣ ਉਹ ਬਾਦਸ਼ਾਹ ਸੀ ਨਾ ਜਿਹੜਾ ਇਹ ਸ਼ਹਿਰ ਦਾ ਉਹਦਾ ਵੀ ਇੱਕੋ ਇੱਕ ਪੁੱਤਰ ਸੀ ਉਹਦੇ ਵਜ਼ੀਰ ਕੋਲ ਵੀ ਇੱਕੋ ਇੱਕ ਪੁੱਤਰ ਸੀ। ਅੱਛਾ। ਉਹਨੇ ਵਜ਼ੀਰ ਨਾਲ ਗੱਲ ਕੀਤੀ ਬਾਦਸ਼ਾਹ ਨੇ ਯਾਰ ਇਸ ਤਰ੍ਹਾਂ ਹੋਣੀ ਵਰਦ ਹੋ ਗਈ ਹੈ ਤੂੰ ਸਿਰ ਮੰਗਦੀ ਵੀ ਇੱਕੋ ਇੱਕ ਮਾਤਾ ਦਾ ਪੁੱਤਰ ਹੋਵੇ ਉਹਦਾ ਸਿਰ ਚਾਹੀਦਾ ਤੇ ਹੁਣ ਕਿਵੇਂ ਕਰੀਏ ਸ਼ਹਿਰ ਦੇ ਵਿੱਚ ਕੋਈ ਨਿਗਾਹ ਮਾਰ ਕੇ ਹੈ ਤਾਂ ਕੋਈ ਹੈ ਇੱਕੋ ਇੱਕ ਨਹੀਂ ਉਹਦਾ ਆਪਦਾ ਵੀ ਇੱਕੇ ਤੇ ਵਜ਼ੀਰ ਦਾ ਵੀ ਇੱਕੇ ਤੇ ਅਗਾਂਹ ਪਿਆ ਗਿਆ ਵੀ ਕਿਸੇ ਹੋਰ ਗਰੀਬ ਨੂੰ ਜਾ ਕੇ ਪੁੱਛ। ਅੱਛਾ। ਅਜੇ ਉਹਨੇ ਜਿਹੜੇ ਸੋਚਿਆ ਨਾ ਵੀ ਜਾ ਮੈਂ ਗਰੀਬ ਨੂੰ ਕਿਹੜੇ ਨੂੰ ਜਾ ਕੇ ਤੰਗ ਕਰਾਂ ਉਹ ਜਿਹੜੇ ਘਰ ਆਇਆ ਤੇ ਬੇਗਮ ਨੂੰ ਉਹਨੇ ਆਖਿਆ ਵੀ ਬੇਗਮ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਬਾਦਸ਼ਾਹ ਨੇ ਮਿਮ ਜਾ ਪਾਈਏ ਬਈ ਹੁਣੀ ਵਰਦ ਹੋ ਗਈ ਤੇ ਇੱਕੋ ਇੱਕ ਮਾਪਿਆਂ ਦਾ ਬੇਟਾ ਹੋਵੇ ਤੇ ਉਹਦਾ ਸਿਰ ਮੰਗਦੀ ਇਹ ਹੁਣ ਬਾਦਸ਼ਾਹ ਮੈਨੂੰ ਆਉਂਦਾ ਵੀ ਪੂਰੇ ਸ਼ਹਿਰ ਨਿਗਾਹ ਮਾਰ ਕਿਸੇ ਘਰ ਦਾ ਇੱਕੋ ਇੱਕ ਬੇਟਾ ਹੋਵੇ ਤੇ ਲਿਆ ਉਹਦਾ ਸਿਰ ਦੇਈਏ ਉਹਨੇ ਆਖਿਆ ਅੱਲਾ ਤੇ ਬੰਦਾ ਵੇਖ ਜਿਵੇਂ ਆਪਦੀ ਔਲਾਦ ਪਿਆਰੀ ਹੈ ਨਾ ਇਵੇਂ ਸਾਰੇ ਜਹਾਨ ਨੂੰ ਪਿਆਰੀ ਹੁੰਦੀ ਸਹੀ ਗੱਲ ਹੈ ਬਾਦਸ਼ਾਹ ਦਾ ਵੀ ਇੱਕੋ ਇੱਕ ਆਪਦਾ ਨਹੀਂ ਦੇ ਸਕਦਾ ਤੇ ਆਪਣਾ ਵੀ ਇੱਕੋ ਇੱਕ ਤੂੰ ਕਿਤੇ ਗਰੀਬ ਹੋਰ ਨਾ ਤੰਗ ਕਰ ਤੇ ਆਪਣਾ ਹੀ ਦਿਆ ਜਾਵੇ। ਵਾਹ ਜੀ ਵਾਹ ਬੜੀ ਕੁਰਬਾਨੀ ਕੀਤੀ ਉਹਨੇ ਕੁਰਬਾਨੀ ਕੀਤੀ ਨਾ ਉਹ ਰਾਜ਼ਾਮੰਦ ਹੋ ਗਏ ਦੋਵੇਂ ਜੀ ਉਹ ਲੱਗਾ ਕਿ ਤੁਹਾਨੂੰ ਬਾਦਸ਼ਾਹ ਜਾ ਕੇ ਪੇਸ਼ ਕਰਤਾ ਮੁੰਡਾ ਉਹਨੇ ਕਿਹਾ ਲਓ ਜੀ ਆ ਮੁੰਡਾ ਜੀ ਤੇ ਦੇ ਲਵੋ ਉਹਨੂੰ ਲਓ ਜੀ ਹੁਣੀ ਜਿਹੜੀ ਸੀ ਉਹਨੇ ਆਈ ਤੂੰ ਲਿਖਾ ਵੀ ਸਿਰ ਲਾ ਦਿਓ ਮੈਨੂੰ ਸਿਰ ਲਾ ਦਿੱਤਾ ਮਗਰੋਂ ਜਿਹੜਾ ਪਿਓ ਸੀ ਉਹਦਾ ਦਿਲ ਨਾ ਖੜਾ ਵਜ਼ੀਰ ਦਾ ਉਹਨੇ ਆਖਿਆ ਯਾਰ ਇੱਕੋ ਇੱਕ ਮੁੰਡਾ ਸੀ ਉਹ ਚਲਾ ਗਿਆ ਦੁਨੀਆਂ ਤੋਂ ਮੈਂ ਕੀ ਲੈਣਾ ਇਸ ਤਰ੍ਹਾਂ ਉਹਨੇ ਤਲਵਾਰ ਫੜੀ ਤੇ ਮਾਈ ਦੇ ਆਪਦਾ ਵੀ ਸਿਰ ਚਲਾ ਕੇ ਸੱਟਿਆ ਲੈ ਬਈ ਮਗਰੋਂ ਤੋਂ ਜਿਹੜੀ ਉਹ ਮੁੰਡੇ ਦੀ ਮਾਂ ਸੀ ਉਹਨੇ ਆਖਿਆ ਵੀ ਬੰਦਾ ਵੀ ਗਿਆ ਤੇ ਪੁੱਤਰ ਵੀ ਗਿਆ ਤੇ ਮੈਂ ਇੱਥੇ ਲੈ ਕੇ ਕੀ ਲੈਣਾ ਉਹਨੇ ਫੜੀ ਤਲਵਾਰ ਤੇ ਜੂ ਮਾਰੀ ਆਪਦੀ ਕੰਨੀ ਗਰਦਨ ਤੇ ਆਪਦੀ ਸਿਰ ਲਾ ਕੇ ਸਾਡੇ
मसला बनया अल्लाह वालों हुक्म होया इना तू कोई भी सिर नहीं ला सकती तू एवे कर भी ये तिने सिर आपो आप धड़ा दे जोड़ के ना आप चीची दे रत कट के गर्दना दुआले ला दे मेरे को मैं दे सकया तो कुर्बानी की आपका पुत्र छड के आपका भी देता सिर मगरों बेगम का भी बेगम ने भी देता लिहाजा ये बादशाह के काबिल है चाबियां इस को फड़ा भी बादशाह काबिल तू है तू बादशाह कर नहीं मैं वजीर ही हाँ बादशाह तू ही है तो तू ही है चाबियां संभाल बादशाह तू ही कर हाँ जी ओने आख्या भी उस्ताद ने शगिर्द ने आख्या भाई वो बच्चा गल बादशाह चाबिया फड़ा है भी तू तू बादशाह कर आंदा नहीं मैं वजीर हाँ बादशाह तू तू ही बादशाह कर चाबिया इस को फड़ा तू इस को चाबी फड़ा वो ये गल ठीक है।